ਹੁਸ਼ਿਆਰਪੁਰ ਦੇ ਪਿੰਡ ਗਾਣਾ ਦੇ ਵਿੱਚ ਉਸ ਵਕਤ ਸਨਸਨੀ ਫੈਲ ਜਾਂਦੀ ਹੈ ਜਦੋਂ ਇੱਕ ਖਾਲੀ ਪਲਾਂਟ ਦੇ ਵਿੱਚ ਨੇਪਾਲੀ ਨੌਜਵਾਨ ਦੀ ਲਾਸ਼ ਬਰਾਮਦ ਹੁੰਦੀ ਹੈ। ਜਿਵੇਂ ਹੀ ਇਸ ਘਟਨਾਕ੍ਰਮ ਸੰਬੰਧੀ ਪਿੰਡ ਵਾਸੀਆਂ ਨੂੰ ਪਤਾ ਚੱਲਦਾ ਹੈ, ਮੌਕੇ ਤੇ ਹੀ ਮ੍ਰਿਤਕ ਦੀ ਪਤਨੀ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਤੇ ਨਾਲ ਹੀ ਨਾਲ ਪੁਲਿਸ ਮੁਲਾਜ਼ਮ ਵੀ ਤਹਿਕੀਕਾਤ ਕਰਨ ਪਹੁੰਚ ਜਾਂਦੇ ਨੇ। ਮ੍ਰਿਤਕ ਦਾ ਨਾਮ ਪੱਪੂ ਦੱਸਿਆ ਜਾ ਰਿਹਾ ਹੈ, ਜਿਸ ਦੇ 3 ਬੱਚੇ ਸਨ ਤੇ ਉਸ ਦੀ ਇੱਕ ਘਰਵਾਲੀ। ਜਿਵੇਂ ਵੀ ਉਸ ਨੂੰ ਪਤਾ ਚੱਲਦਾ ਹੈ ਤੇ ਉਹ ਮੌਕੇ ਤੇ ਪਹੁੰਚਦੀ ਹੈ, ਰੋਂਦੀ ਹੈ, ਕੁਰਲਾਉਂਦੀ ਹੈ। ਉਸ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਉਸ ਦਾ ਪਤੀ ਜੋ ਹੈ ਉਸਦੇ ਵੱਲੋਂ ਇਹੋ ਜਿਹਾ ਖੌਫਨਾਕ ਕਦਮ ਚੁੱਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਤਨੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਉਹ ਪੇਸ਼ੇ ਵਜੋਂ ਕੁੱਕ ਸੀ, ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਦੇ ਵਿੱਚ ਕੁੱਕ ਵਜੋਂ ਕੰਮ ਕਰ ਰਿਹਾ ਸੀ, ਪਰ ਉਸਦਾ ਜੋ ਸੁਭਾਅ ਸੀ ਬੇਹੱਦ ਲੜਾਕਾ ਸੀ, ਹਰ ਕਿਸੇ ਦੇ ਨਾਲ ਲੜਾਈ ਝਗੜਾ ਜਲਦ ਹੀ ਕਰ ਲੈਂਦਾ ਸੀ, ਨਸ਼ੇ ਦਾ ਆਦੀ ਵੀ ਸੀ। ਇਸ ਤੋਂ ਇਲਾਵਾ ਉਸਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਬੀਤੀ ਰਾਤ ਉਸਦਾ ਉਸਦੇ ਨਾਲ ਥੋੜ੍ਹਾ ਜਿਹਾ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਘਰ ਤੋਂ ਚਲਾ ਜਾਂਦਾ ਹੈ ਪੱਪੂ ਨਾਮ ਦਾ ਸ਼ਖਸ, ਜਿਸ ਤੋਂ ਬਾਅਦ ਅਗਲੀ ਸਵੇਰ ਉਸਦੀ ਲਾਸ਼ ਬਰਾਮਦ ਹੁੰਦੀ ਹੈ। ਹੁਣ ਪੁਲਿਸ ਮੁਲਾਜ਼ਮ ਜੋ ਨੇ ਪੂਰੇ ਮਾਮਲੇ ਦੀ ਜਾਂਚ ਕਰਨਗੇ, ਤਹਿਕੀਕਾਤ ਕਰਨਗੇ, ਜਿਸ ਤੋਂ ਬਾਅਦ ਪਤਾ ਚੱਲੇਗਾ ਕਿ ਇਸ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ ਜਾਂ ਫਿਰ ਇਸਦੇ ਪਿੱਛੇ ਕੋਈ ਹੋਰ ਵਜ੍ਹਾ ਹੈ। ਪਤਨੀ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ, ਆਓ ਇੱਕ ਵਾਰ ਸੁਣਦੇ ਹਾਂ। ਕੀ ਨਾਮ ਹੈ ਆਪਕਾ? ਮੀਨਾ। ਕਹਾਂ ਕੇ ਰਹਿਣੇ ਵਾਲੇ? ਨੇਪਾਲ ਕੇ। ਨੇਪਾਲ ਕੇ? ਜਹਾਂ ਕਹਾਂ ਰਹਤੇ ਹੋ? ਯਾ ਟਾਈਗਰ ਨਗਰ। ਠੀਕ ਹੈ ਜੀ। ਜੋ ਜਿਨ੍ਹਾਂ ਨੇ ਕੀ ਡੈਥ ਹੋਈ ਹੈ ਜੀ, ਕਿਆ ਲਗਤੇ ਹੈਂ ਆਪਕੇ? ਹਸਬੈਂਡ। ਹਸਬੈਂਡ ਲਗਤੇ ਹੈ? ਠੀਕ। ਇਨਕੀ ਕਿਆ ਦਿਮਾਗੀ ਪਰੇਸ਼ਾਨੀ ਹੈ ਜਾਂ ਕੁਛ? ਪਤਾ ਨਹੀਂ ਭਾਜੀ, ਦਾਰੂ ਹੀ ਪੀਂਦੇ ਸੀ, ਜਿੱਥੇ ਕੰਮ ਕਰਨਾ ਉਹ ਢੰਗ ਸੇ ਟਿਕ ਕੇ ਨਹੀਂ ਕਰਦੇ ਸੀ ਬਸ, ਔਰ ਆਗੇ ਬਹੁਤ ਬੋਲਦਾ ਸੀ, ਲੜਨੇ ਲੱਗਦਾ, ਹਮ ਤਾਂ ਕੁਛ ਨਹੀਂ ਕਰ ਪਾਤੇ ਥੇ। ਕੋਈ ਹੋਰ ਫੈਮਿਲੀ ਮੈਟਰ ਜਾਂ ਐਸਾ ਕੁਛ? ਫੈਮਿਲੀ ਮੈਟਰ ਸਾਰੇ ਗਾਉਂ ਮੇ ਨੇਪਾਲ। ਠੀਕ ਹੈ। ਤੇ ਜਾਂ ਕੌਣ ਕੌਣ ਤਾਂ? ਕੋਈ ਨਹੀਂ, ਬਸ ਮੇਰੇ ਬੱਚੇ ਬਾਹਰ ਛੋਟੇ ਛੋਟੇ, ਇਸੀ ਕੀ ਵਜ੍ਹਾ ਸੇ ਬਾਹਰ ਕੰਮ ਮੇ ਲਗੇ ਥੇ, ਕਿਉਂਕਿ ਦਾਰੂ ਪਿਗਾਉਂਦਾ ਸੀ ਨਾ, ਬੋਲਦਾ ਸੀ ਉਹ ਨਹੀਂ ਬੈਠਦੇ ਥੇ ਘਰ ਪੇ, ਬਸ ਛੋਟੇ ਬੱਚੇ ਔਰ ਮੈਂ। ये था, ये कल रात के ही गायब हो गया था सुबेरे, ये हाल में मिला। कितने बच्चे हैं आपके? 3। 3 बच्चे हैं? ठीक है। सभी छोटे हैं? एक 14 साल का, एक 13 साल के, 1.5 साल की बेटी। आपको किसी पर शक है जा? नहीं शक, मुझे नहीं पता पाजी, मुझे इतना पता था ये बहुत ही दारू पीता थी, इसको सिविल हॉस्पिटल भी भरना कितने से और नशा केंद्र में। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਚਰਨਜੀਤ ਸਿੰਘ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ, ਆਓ ਇੱਕ ਵਾਰ ਸੁਣਦੇ ਹਾਂ। ਹਾਂਜੀ, ਡੈੱਡ ਬੋਡੀ ਇੱਥੋਂ ਮਿਲੀ ਹੈ ਇੱਕ, ਅਤੇ ਅਸੀਂ ਉਹਨੂੰ ਡੈੱਡ ਬੋਡੀ ਨੂੰ ਜਿਹੜਾ ਹੈਗਾ ਉਤਾਰ ਲਿਆ ਹੈ, ਅਤੇ ਜੋ ਉਹਨਾਂ ਦੇ ਘਰਦਿਆਂ ਦਾ ਬਿਆਨ ਲਿਖਾਂਗੇ, ਜੋ ਕਾਰਵਾਈ ਬਣਦੀ ਹੈ ਉਹਦੇ ਹਿਸਾਬ ਨਾਲ ਜਿਹੜੀ ਕਾਰਵਾਈ ਕਰਨੀ। ਸ਼ਨਾਖਤ ਹੋਈ ਹੈ ਡੈੱਡ ਬੋਡੀ ਕਿਹਦੀ ਹੈ? ਸ਼ਨਾਖਤ ਹੋ ਗਈ ਹੈ। ਠੀਕ ਹੈ ਜੀ। ਕੀ ਨਾਮ ਹੈ ਬੰਦੇ ਦਾ ਅਤੇ ਕੀ ਕੰਮ ਕਰਦਾ ਜੀ? ਕੀ ਕੰਮ ਕਰਦਾ ਸੀਗਾ ਜੀ? ਚੰਡੀਗੜ੍ਹ ਕਹਿੰਦੇ ਕੋਠੀ 'ਚ ਕੰਮ ਕਰਦਾ ਸੀ ਕੋਈ ਕੁੱਕ ਦਾ। ਇਹ ਨੇਪਾਲ ਤੋਂ ਹੈ? ਆ ਪਿੱਛੋਂ ਨੇਪਾਲੀ ਆ ਉੱਦਾਂ। ਠੀਕ ਹੈ ਜੀ। ਵਿਆਹ ਹੈ? ਵਿਆਹ ਹੈ ਇਹਦੇ ਬੱਚੇ। ਠੀਕ ਹੈ ਜੀ। ਘਰਦਿਆਂ ਵਾਲਾ ਕੋਈ ਬਿਆਨ ਇੱਦਾਂ ਦਾ ਆਇਆ? ਅਜੇ ਤਾਂ ਕੋਈ ਨਹੀਂ ਲਿਖਾਇਆ ਬਿਆਨ, ਉਹਨਾਂ ਨੇ ਜਦੋਂ ਬਿਆਨ ਲਿਖਾਉਂਦੇ ਆ ਜੋ ਉਹਦੇ ਹਿਸਾਬ ਨਾਲ ਕਾਰਵਾਈ ਹੋਈ ਉਹ ਬਣ। ਠੀਕ ਹੈ। ਸਾਰੀ ਨੋਟ ਤਾਂ ਨਹੀਂ ਮਿਲਿਆ ਜੀ? ਨਹੀਂ ਕੁਛ ਨਹੀਂ ਮਿਲਿਆ ਉੱਥੇ।